ਪੰਜਾਬੀ ਫਿਲਮ ਬਿੱਕਰ ਬਾਈ ਸੈਂਟੀਮੈਂਟਲ ਬਣ ਕੇ ਤਿਆਰ ਹੈ ਤੇ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਬੁੱਧਵਾਰ ਨੂੰ ਇਸ ਫਿਲਮ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿੱਚ ਕੀਤੀ ਗਈ। ਇਸ ਵਿੱਚ ਜੱਸੀ ਜਸਰਾਜ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਮੈਂ ਤੁਹਾਡਾ ਵਿਸ਼ਵਾਸ ਨਹੀਂ ਤੋੜੂੰਗਾ ਇਸ ਫਿਲਮ 'ਚ ਵੀ, ਜਿਵੇਂ ਪਿਛਲੇ ਗੀਤਾਂ 'ਚ ਮੈਂ ਨਹੀਂ ਤੋੜਿਆ। ਇਸ ਫਿਲਮ 'ਚ ਵੀ ਤੁਸੀਂ ਮੇਰੇ ਕਿਰਦਾਰ ਨੂੰ ਇੰਜੋਏ ਕਰੋਗੇ। ਇੱਕ ਇੱਕ ਡਾਇਲੋਗ ਜੋ ਆਪਾਂ ਲਿਖਿਆ ਬੋਲਿਆ ਅਤੇ ਜਿਹੜਾ ਗੀਤ ਆਪਾਂ ਨੇ ਗਾਇਆ ਅਤੇ ਲਿਖਿਆ, ਮੈਂ ਆਪਣੀ ਜ਼ਿੰਮੇਵਾਰੀ ਲੈਂਦਾ ਕਿ ਉਹਦੇ 'ਚ ਤੁਹਾਨੂੰ ਕਿਤੇ ਵੀ ਨਾਰਾਜ਼ਗੀ ਨਹੀਂ ਹੋਏਗੀ ਮੇਰੇ ਨਾਲ ਕਿ ਨਹੀਂ ਯਾਰ, ਤੁਹਾਨੂੰ ਆਪਣੇ ਇਸ ਦੇਸੀ ਜੇ ਬਾਈ 'ਤੇ ਮਾਣ ਰਹੂਗਾ। ਅਤੇ ਮੈਂ ਉਮੀਦ ਕਰਦਾ ਜਿੰਨੇ ਮੇਰੇ ਦੇਸੀ ਫੈਨ ਹੈਗੇ ਆ ਬਾਈ, ਟਰੈਕਟਰ ਟਰਾਲੀਆਂ 'ਤੇ ਫਿਲਮ ਦੇਖਣ ਆਇਓ, ਮੌਲਾਂ ਦੇ ਵਿੱਚ ਨਜ਼ਾਰਾ ਆ ਜੂਗਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਫਿਲਮ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। www.facebook.com/jasrajjassi ਮੇਰਾ ਫੈਨ ਪੇਜ ਹੈ। ਜੇ ਫਿਲਮ ਪਸੰਦ ਆਵੇ ਤਾਂ ਉੱਥੇ ਕੰਪਲੀਮੈਂਟ ਕਰਿਓ, ਜੇ ਮਾੜੀ ਲੱਗੇ ਤਾਂ ਗਾਲਾਂ ਕੱਢ ਦਿਓ, ਕੋਈ ਗੱਲ ਨਹੀਂ ਯਾਰ, ਤੁਹਾਡੀਆਂ ਤਾਂ ਗਾਲਾਂ ਵੀ ਘਿਓ ਦੀਆਂ ਨਾਲਾਂ ਹੁੰਦੀਆਂ ਨੇ। ਇਸ ਵਾਰੀ ਕੋਸ਼ਿਸ਼ ਕੀਤੀ ਆ ਵਧੀਆ ਫਿਲਮ ਬਣਾਉਣ ਦੀ, ਜੇ ਰੱਬ ਨਾ ਕਰੇ ਕੋਈ ਕਮੀ ਰਹਿ ਗਈ ਅਗਲੀ ਵਾਰੀ ਫਿਰ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਮਾਣ ਨਾ ਤੋੜੀਏ। 19 ਅਪ੍ਰੈਲ ਜ਼ਰੂਰ ਦੇਖਿਓ ਬਿੱਕਰ ਬਾਈ ਸੈਂਟੀਮੈਂਟਲ। ਜਿੰਨੇ ਸੈਂਟੀ ਹੈ ਤੁਹਾਨੂੰ ਐਂ ਲੱਗੂਗਾ ਕਿ ਯਾਰ ਇਸ ਤੋਂ ਵੱਧ ਮੈਂ ਸੈਂਟੀ ਹੈ, ਆਹ ਬਿੱਕਰ ਨਾਲੋਂ ਵੱਧ ਮੈਂ ਮੈਂਟਲ ਹੈ। ਜਦੋਂ ਤੁਹਾਡਾ ਮੇਰਾ ਰੂਹ ਜੁੜ ਗਈ ਤਾਂ ਸਮਝ ਲਓ ਬਸ ਪਰਮਾਤਮਾ ਦੀ ਬਲੈਸਿੰਗ ਹੋ ਗਈ। ਲਵ ਯੂ ਆਲ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।